ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧਵਾਂ ਨਹਿਰ ਸਾਊਥ ਸਿਟੀ ਨਜ਼ਦੀਕ ਇੱਕ ਕਾਰ ਨਹਿਰ ਵਿੱਚ ਜਾ ਗਿਰੀ, ਜਿਸ ਦੇ ਵਿੱਚ ਸਵਾਰ ਦੋ ਨੌਜਵਾਨ ਅਤੇ ਇੱਕ ਲੜਕੀ ਦੀ ਪਾਣੀ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ। ਉੱਥੇ ਕਾਰ ਚਾਲਕ ਨੌਜਵਾਨ ਬਾਲ ਬਾਲ ਬਚ ਗਿਆ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਨੌਜਵਾਨ ਸ਼ੋਪਿੰਗ ਕਰਨ ਤੋਂ ਬਾਅਦ ਆਪਣੀ ਦੋਸਤ ਲੜਕੀ ਨੂੰ ਛੱਡਣ ਦੇ ਲਈ ਜਾ ਰਹੇ ਸਨ। ਜਦੋਂ ਹੀ ਇਹ ਨਹਿਰ ਦੇ ਕੋਲ ਪਹੁੰਚੇ ਤਾਂ ਕਾਰ ਨੇ ਆਪਣਾ ਸੰਤੁਲਨ ਖੋ ਦਿੱਤਾ, ਜਿਸ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ। ਇੱਥੋਂ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਾਸ਼ਾਂ ਨੂੰ ਦੂਸਰੇ ਹਸਪਤਾਲ ਵਿੱਚ ਲਿਜਾਣ ਵਾਸਤੇ ਪੁਲਿਸ ਵਾਲਿਆਂ ਨੂੰ ਐਂਬੂਲੈਂਸ ਤੱਕ ਨਹੀਂ ਮਿਲੀ, ਜਿਸ ਤੋਂ ਬਾਅਦ ਕਿ ਪੁਲਿਸ ਵਾਲਿਆਂ ਵੱਲੋਂ ਛੋਟੇ ਹਾਥੀ ਤੇ ਹੀ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਏ ਸੀਗੇ ਇੱਥੇ ਰਾਹੁਲ, ਇੱਕ ਇੱਥੇ ਲੜਕੀ ਇਹਨਾਂ ਦੀ ਫਰੈਂਡ ਸੀ, ਉਹਨੂੰ ਮਿਲ ਕੇ ਉਹਨੂੰ ਲੈ ਕੇ ਮਾਲ 'ਤੇ ਗਏ ਸੀ, ਉੱਥੋਂ ਸ਼ੋਪਿੰਗ ਕਰਕੇ ਉਹਨੂੰ ਛੱਡਣ ਜਾ ਰਹੇ ਸੀ। ਉਹ ਕਹਿੰਦੇ ਸੀ ਜਿੱਥੇ ਇੱਥੇ ਕੋਲ ਪਹੁੰਚਿਆ ਇੱਥੇ I-20 ਖੜੀ ਸੀ, ਜਿੱਥੋਂ ਕੋਲ ਪਹੁੰਚਿਆ I-20 ਤਾਂ ਮੁੜਨ ਲੱਗੀ, ਇਹ ਉਹਨੂੰ ਸਾਈਡ ਵਿੱਚ ਅੱਗੇ, ਫਿਰ ਉਹਨਾਂ ਕੋਲ ਗੱਡੀ ਸੰਭਲੀ ਨਹੀਂ, ਤਿੰਨੋਂ ਚਲੇ ਗਏ। ਇੱਕ ਮੁੰਡਾ ਜਿਹੜਾ ਰਾਹੁਲ ਆ ਵਿੱਚ ਉਹਨਾਂ 'ਚ ਬਚ ਗਿਆ, ਤਿੰਨ ਬੰਦੇ, ਇੱਕ ਕੁੜੀ ਅਤੇ ਦੋ ਬੰਦੇ ਮਰ ਗਏ। ਕਿੱਥੇ ਦੇ ਸੀਗੇ ਜੀ ਕੁੜੀ ਦੇ ਮੁੰਡੇ? ਕੁੜੀ ਦਾ ਇਹਨਾਂ ਨੂੰ ਪਤਾ ਨਹੀਂ, ਕੁੜੀ ਦਿੱਲੀ ਦੀ ਹੈ ਸ਼ਾਇਦ ਕਹਿੰਦੇ, ਅਤੇ ਦੋ ਮੁੰਡੇ ਜਿਹੜੇ ਗੁਰਦਾਸਪੁਰ ਦੇ। ਸਰ ਪਤਾ ਲੱਗੇ ਕਿ ਰਫ਼ਤਾਰ ਬੜੀ ਤੇਜ਼ ਸੀ ਕਾਰ, ਹੁਣ ਹੌਲੀ ਹੌਲੀ ਪਤਾ ਲੱਗੇਗਾ ਕਿ ਉਹ ਕੈਮਰੇ ਚੈੱਕ ਕਰ ਰਹੇ ਆ, ਕੈਮਰੇ ਇੱਥੇ ਵੀ ਹੈਗੇ ਸਾਰੇ, ਜਿਹਾ ਕੈਮਰੇ ਚੈੱਕ ਕਰਕੇ ਸਵੇਰ ਤੱਕ ਪਤਾ ਲੱਗੇ। ਇਹ ਹੁਣ ਤੋਂ ਘੰਟਾ ਸਵਾ ਘੰਟਾ ਪਹਿਲੇ ਪਰਿਵਾਰ ਦਾ ਕੋਈ ਕਹੀਏ ਤਾਂ, ਹਾਂ ਪਰਿਵਾਰ ਨੂੰ ਆ ਗਏ, ਉਹਨਾਂ ਦੇ ਬੰਦੇ ਆ ਗਏ ਪਰਿਵਾਰ ਦੇ। ਕਿੰਨੀ ਕਿੰਨੀ ਉਮਰ ਸੀ? ਇਹ ਸਾਰੇ 20 ਤੋਂ 22 ਸਾਲ ਦੇ, ਸਾਰੇ 17-18-20 ਸਾਲ। ਪਿੱਛੇ ਆ ਜਾ ਭਰਾ ਮਰਾ ਯਾਰ। ਲਾਈਵ ਤੇ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਾਹਵਾ ਦੀ ਰਿਪੋਰਟ। ਰਾਮ ਦੇ ਵਿੱਚ ਹੋਣੀ ਨਹੀਂ।